ਨਵਾਂਸ਼ਹਿਰ ਤੋਂ ਵੱਡੀ ਖਬਰ ਹੈ। ਪੁਲਿਸ ਨੇ ਨਵਾਂਸ਼ਹਿਰ ਤੋਂ ਦੋ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦਹਿਸ਼ਤਗਰਦਾਂ ਦਾ ਸਬੰਧ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਦੱਸਿਆ ਜਾ ਰਿਹਾ ਹੈ। ਦਹਿਸ਼ਤਗਰਦਾਂ ਦਾ ਨਾਂ ਗੁਰਜੀਤ ਸਿੰਘ ਅਤੇ ਗੁਰਮੁਖ ਸਿੰਘ ਹੈ। ਗੁਰਜੀਤ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਜਦਕਿ ਗੁਰਮੁਖ ਸਿੰਘ ਅੰਮ੍ਰਿਤਸਰ ਦਾ। ਦੱਸ ਦਈਏ ਕਿ ਪਿਛਲੇ ਦਿਨੀ ਵੀ ਪੁਲਿਸ ਨੇ ਤਿੰਨ ਹੋਰ ਦਹਿਸ਼ਤਗਰਦਾਂ ਨੂੰ ਫੜਿਆ ਸੀ, ਜਿਨ੍ਹਾਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ 8 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਇਹਨਾਂ ਨੂੰ ਜੋ ਫੰਡਿੰਗ ਹੋ ਰਹੀ ਸੀ ਉਹ ਕੈਨੇਡਾ ਤੋਂ ਗੁਰਜੀਤ ਸਿੰਘ ਨਾਂ ਦਾ ਵਿਅਕਤੀ ਹੈ, ਜਿਸ ਨੂੰ ਆਪਣੇ ਆਪ ਨੂੰ ਗੁਰਜੀਤ ਸਿੰਘ ਫੌਜੀ ਲਿਖਦਾ ਹੈ, ਉੱਥੋਂ ਇਹ ਕੈਨੇਡਾ ਤੋਂ ਫੰਡਿੰਗ ਇਹਨੂੰ ਹੋ ਰਹੀ ਸੀ। ਔਰ ਉਸ ਦੇ ਨਾਲ ਹੀ ਇਹ ਅੱਗੇ ਜਿਹੜੀਆਂ ਆਨਲਾਈਨ ਐਕਟੀਵਿਟੀਜ਼ ਹੈਗੀਆਂ, CYF ਸਿੱਖ ਯੂਥ ਔਰਗਨਾਈਜੇਸ਼ਨ ਹੈਗੀ ਆ, ਵਰਲਡ ਲੈਵਲ 'ਤੇ ਚੱਲਦੀ ਇਹ, ਅਤੇ ਉਹਨਾਂ ਦੇ ਨਾਲ ਇਹ ਸੰਬੰਧ ਰੱਖਦੇ ਆ। ਗੁਰਜੀਤ ਸਿੰਘ ਕੋਲੋਂ 9 mm ਦਾ ਪਿਸਟਲ ਬਰਾਮਦ ਕੀਤਾ ਅਤੇ 6 ਗੋਲੀਆਂ ਉਹਦੇ ਨਾਲ ਸੀਗੀਆਂ। ਔਰ ਇਹਨਾਂ ਦੇ ਜੋ ਗੁਰਜੀਤ ਸਿੰਘ ਆਇਆ ਦੀ ਬੈਕਗਰਾਊਂਡ ਜੋ ਹੈ ਉਹ ਕ੍ਰਿਮੀਨਲ ਹੈ। ਪਹਿਲਾਂ ਵੀ ਇਹਨੇ ਕਿਸੇ ਸੈਨਾ ਦੇ ਵਰਕਰ ਨੂੰ ਗੋਲੀ ਮਾਰੀ ਸੀ, ਉਹਦੇ ਕੋਲ ਇਹਨਾਂ ਦਾ ਪੁੱਛਗਿੱਛ ਦੇ ਵਿੱਚ ਆਇਆ ਅਤੇ ਉਹ 9 ਦਿਨ ਦਾ ਸੀ ਰਿਮਾਂਡ ਆ ਇਹਨਾਂ ਕੋਲ।